दोस्तों कबड्डी टूरनामेंट, धार्मिक प्रोग्राम, सभ्याचारक मेला, ਵਿਆਹ ਸ਼ਾਦੀ ਦੇ ਪ੍ਰੋਗਰਾਮ ਲਾਈਵ ਕਰਵਾਉਣ ਲਈ ਬਹੁਤ ਹੀ ਘੱਟ ਰੇਟ ਅਤੇ ਬਹੁਤ ਹੀ ਵਧੀਆ ਕੁਆਲਿਟੀ ਵਿੱਚ ਲਾਈਵ ਕਰਵਾਓ ਕਬੱਡੀ 4K ਲਾਈਵ ਤੋਂ। ਸੰਪਰਕ 9768888384373 7174। ਹਾਂਜੀ ਦੋਸਤੋ, ਮੈਂ ਜੱਸਾ ਮਾੜੀਵਾਲਾ ਆਪ ਸਭ ਦਾ ਸਵਾਗਤ ਕਰਦਾ ਆਪ ਦੇ ਆਪਣੇ ਚੈਨਲ ਕਬੱਡੀ 105 ਉੱਤੇ। ਅਤੇ ਜੇਕਰ ਤੁਸੀਂ ਆਪਣੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲੇ ਬਟਨ ਨੂੰ ਜ਼ਰੂਰ ਦੱਬ ਕੇ ਰੱਖੋ ਅਤੇ ਆਪਣੇ ਫੇਸਬੁੱਕ ਪੇਜ ਕਬੱਡੀ 105 ਨੂੰ ਵੀ ਲਾਈਕ ਕਰ ਲਓ ਅਤੇ ਇੰਸਟਾਗ੍ਰਾਮ 'ਤੇ ਆਪਾਂ ਨੂੰ ਜ਼ਰੂਰ ਫੋਲੋ ਕਰੋ। ਜੀ ਦੋਸਤੋ, ਕਰੋ ਨੋਟ, ਅੱਜ 19 ਸਤੰਬਰ 2021 ਨੂੰ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ, ਤਾਂ ਵੀਡੀਓ ਨੂੰ ਤੁਸੀਂ ਪੂਰੀ ਐਂਡ ਤੱਕ ਦੇਖਦੇ ਰਹੋ। ਅੱਜ ਕਾਫੀ ਮੈਚ ਹੋ ਰਹੇ ਆ, ਤਾਂ ਦੋਸਤੋ ਅੱਜ ਸੰਤੂ ਵਾਲਾ ਜੀਰਾ ਦੇ ਕਬੱਡੀ ਕੱਪ 'ਤੇ ਆਪਣਾ ਸਨਮਾਨ ਕੀਤਾ ਜਾਵੇਗਾ। ਅਮਨਾ ਗਿੱਲ ਸੰਤੂ ਵਾਲਾ ਭਰਾ ਵੱਲੋਂ ਅੱਜ ਆਪਣਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਸੰਤੂ ਵਾਲਾ ਜੀਰਾ ਦੇ ਲਾਗੇ ਪੈਂਦੇ ਕਬੱਡੀ ਕੱਪ 'ਤੇ। ਇਸ ਤੋਂ ਅੱਗੇ ਦੋਸਤੋ ਅੱਜ ਪਿੰਡ ਦਲ ਸਿੰਘ ਵਾਲਾ ਸਾਂਝ ਕਬੱਡੀ ਲੀਗ ਦੇ ਮੈਚ ਹੋ ਰਹੇ ਆ ਅਤੇ ਇੱਥੇ ਹਰਜੀਤ ਬਰਾੜ ਸਾਂਝ ਕਬੱਡੀ ਲੀਗ ਦੀਆਂ 16 ਟੀਮਾਂ ਦੇ ਮੈਚ ਹੋਣਗੇ ਅਤੇ ਇਸ ਦਾ ਲਾਈਵ ਖੇਡ kabaddi.com ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ। ਇਸ ਤੋਂ ਅੱਗੇ ਦੋਸਤੋ ਅੱਜ ਦਬਾਬਾ ਕਬੱਡੀ ਲੀਗ ਦੇ ਮੈਚ ਵੀ ਕਰਵਾਏ ਜਾਣਗੇ ਘੁੱਗਸੋਰ ਵਿੱਚ, ਜਲੰਧਰ ਵਿੱਚ। ਇਸ ਤੋਂ ਅੱਗੇ ਦੋਸਤੋ ਅੱਜ ਪਿੰਡ ਕੁੰਭ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਵੀ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਅਤੇ ਇੱਥੇ ਕਬੱਡੀ ਓਪਨ ਅਤੇ ਕਬੱਡੀ 60 ਕਿੱਲੋ ਦੇ ਮੈਚ ਕਰਵਾਏ ਜਾਣਗੇ। ਕਬੱਡੀ ਓਪਨ ਦਾ ਪਹਿਲਾ ਇਨਾਮ 31,000 ਰੁਪਏ ਅਤੇ ਦੂਜਾ ਇਨਾਮ 21,000 ਰੁਪਏ ਹੋਵੇਗਾ ਅਤੇ ਕਬੱਡੀ 60 ਕਿੱਲੋ ਦਾ ਪਹਿਲਾ ਇਨਾਮ 6,100 ਰੁਪਏ ਅਤੇ ਦੂਸਰਾ ਇਨਾਮ 4,100 ਰੁਪਏ ਹੋਵੇਗਾ ਅਤੇ ਇਸ ਦਾ ਲਾਈਵ ਤੁਸੀਂ 1-2-3 ਲਾਈਵ ਇਨ ਦੇ ਜ਼ਰੀਏ ਦੇਖ ਸਕਦੇ ਹੋ। ਇਸ ਤੋਂ ਅੱਗੇ ਦੋਸਤੋ ਅੱਜ ਸੰਗਰੂਰ ਬਰਨਾਲਾ ਕਬੱਡੀ ਲੀਗ ਦੇ ਮੈਚ ਕਰਵਾਏ ਜਾਣਗੇ ਪਿੰਡ ਸਹਾੜ ਸੰਗਰੂਰ ਵਿੱਚ। ਇਸ ਤੋਂ ਅੱਗੇ ਦੋਸਤੋ ਅੱਜ ਪਿੰਡ ਟਿੱਬਾ ਜ਼ਿਲ੍ਹਾ ਲੁਧਿਆਣਾ ਵਿਖੇ ਕਬੱਡੀ ਦੇ ਮੈਚ ਹੋਣਗੇ ਅਤੇ ਅੱਜ 19 ਸਤੰਬਰ ਦਿਨ ਐਤਵਾਰ ਨੂੰ ਕਬੱਡੀ ਓਪਨ ਦੇ ਮੈਚ ਹੋਣਗੇ ਜਿਸ ਦਾ ਪਹਿਲਾ ਇਨਾਮ 31,000 ਰੁਪਏ ਅਤੇ ਦੂਜਾ ਇਨਾਮ 25,000 ਰੁਪਏ ਹੋਵੇਗਾ। ਇਸ ਤੋਂ ਅੱਗੇ ਦੋਸਤੋ ਅੱਜ ਪਿੰਡ ਭਗਤਾ ਭਾਈਕਾ ਬਠਿੰਡਾ ਵਿਖੇ ਕਬੱਡੀ ਦੇ ਮੈਚ ਹੋ ਰਹੇ ਆ ਅਤੇ ਇੱਥੇ ਕਬੱਡੀ 85 ਕਿੱਲੋ ਦੇ ਮੈਚ ਹੋਣਗੇ ਜਿਸ ਦਾ ਪਹਿਲਾ ਇਨਾਮ 25,000 ਰੁਪਏ ਅਤੇ ਦੂਜਾ ਇਨਾਮ 18,000 ਰੁਪਏ ਹੋਵੇਗਾ। ਇਸ ਤੋਂ ਅੱਗੇ ਦੋਸਤੋ ਅੱਜ ਕਿਸ਼ਨਗੜ੍ਹ ਸੇਡਾ ਵਾਲਾ ਮਾਨਸਾ ਵਿੱਚ ਵੀ ਕਬੱਡੀ ਦੇ ਮੈਚ ਹੋ ਰਹੇ ਆ ਅਤੇ ਇੱਥੇ ਅੱਜ 19 ਸਤੰਬਰ 2021 ਨੂੰ ਕਬੱਡੀ ਓਪਨ ਦੇ ਮੈਚ ਹੋਣਗੇ ਜਿਸ ਦਾ ਪਹਿਲਾ ਇਨਾਮ 31,000 ਰੁਪਏ ਅਤੇ ਦੂਜਾ ਇਨਾਮ 21,000 ਰੁਪਏ ਹੋਵੇਗਾ ਅਤੇ ਇਸ ਦਾ ਲਾਈਵ 1-2-3 ਲਾਈਵ ਇਨ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ। ਇਸ ਤੋਂ ਅੱਗੇ ਦੋਸਤੋ ਅੱਜ ਹਲਵਾਰਾ ਲੁਧਿਆਣਾ ਵਿਖੇ ਵੀ ਕਬੱਡੀ ਦੇ ਮੈਚ ਹੋ ਰਹੇ ਆ ਅਤੇ ਇੱਥੇ ਅੱਜ 19 ਤਰੀਕ ਨੂੰ ਕਬੱਡੀ ਓਪਨ ਦੀਆਂ 4 ਸੱਦੀਆਂ ਹੋਈਆਂ ਕਲੱਬਾਂ ਦੇ ਮੈਚ ਕਰਵਾਏ ਜਾਣਗੇ। ਇਸ ਤੋਂ ਅੱਗੇ ਦੋਸਤੋ ਅੱਜ ਪਿੰਡ ਗਹਿਰੀ ਭਾਗੀ ਬਠਿੰਡਾ ਵਿੱਚ ਵੀ ਕਬੱਡੀ ਲੀਗ ਦੇ ਮੈਚ ਹੋ ਰਹੇ ਆ ਅਤੇ ਇਸ ਲੀਗ ਦਾ ਪਹਿਲਾ ਇਨਾਮ 11,000 ਰੁਪਏ, ਦੂਜਾ ਇਨਾਮ 7,100 ਅਤੇ ਤੀਜਾ ਇਨਾਮ 3,100 ਰੁਪਏ ਹੋਵੇਗਾ ਅਤੇ ਇਸ ਦਾ ਲਾਈਵ ਤੁਸੀਂ ਖੇਡ kabaddi.com ਦੇ ਜ਼ਰੀਏ ਦੇਖ ਸਕਦੇ ਹੋ। ਇਸ ਤੋਂ ਅੱਗੇ ਦੋਸਤੋ ਅੱਜ ਪਿੰਡ ਸੰਤੂ ਵਾਲਾ ਵਿੱਚ ਕਬੱਡੀ ਕੱਪ ਹੋ ਰਿਹਾ ਅਤੇ ਇਹ 19 ਸਤੰਬਰ 2021 ਨੂੰ ਹੋਵੇਗਾ ਅੱਜ ਅਤੇ ਇੱਥੇ ਕਬੱਡੀ ਓਪਨ ਦਾ ਪਹਿਲਾ ਇਨਾਮ 41,000 ਰੁਪਏ ਅਤੇ ਦੂਜਾ ਇਨਾਮ 31,000 ਰੁਪਏ ਹੋਵੇਗਾ ਅਤੇ ਬੈਸਟ ਟ੍ਰੇਡਰ ਅਤੇ ਜਾਫੀ ਨੂੰ 5,100 ਰੁਪਏ ਹੋਣਗੇ ਅਤੇ ਨਾਲ ਹੀ ਇੱਥੇ 65 ਕਿੱਲੋ ਦੇ ਮੈਚ ਵੀ ਕਰਵਾਏ ਜਾਣਗੇ। 65 ਕਿੱਲੋ ਦਾ ਪਹਿਲਾ ਇਨਾਮ 7,100 ਰੁਪਏ ਅਤੇ ਦੂਜਾ ਇਨਾਮ 5,100 ਰੁਪਏ ਹੋਵੇਗਾ ਅਤੇ ਇੱਥੇ ਆਪਾਂ ਵੀ ਪਹੁੰਚਾਂਗੇ। ਇੱਥੇ ਆਪਣਾ ਸਨਮਾਨ ਕੀਤਾ ਜਾ ਰਿਹਾ ਆਪਣੇ ਭਰਾ ਅਮਨਾ ਗਿੱਲ ਸੰਤੂ ਵਾਲਾ ਵੱਲੋਂ ਕੱਪ ਦੇ ਨਾਲ। ਇਸ ਤੋਂ ਅੱਗੇ ਦੋਸਤੋ ਅੱਜ ਪਿੰਡ ਵਾੜਾ ਕਿਸ਼ਨਪੁਰਾ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਟੂਰਨਾਮੈਂਟ ਹੋ ਰਿਹਾ 42 ਕਿੱਲੋ ਅਤੇ 55 ਕਿੱਲੋ ਦਾ। ਇਸ ਤੋਂ ਅੱਗੇ ਦੋਸਤੋ ਪਿੰਡ ਰਾਮੂ ਵਾਲਾ ਮੋਗਾ ਵਿੱਚ ਵੀ ਕਬੱਡੀ ਟੂਰਨਾਮੈਂਟ ਹੋ ਰਿਹਾ 55 ਕਿੱਲੋ ਦਾ। ਇਸ ਤੋਂ ਅੱਗੇ ਦੋਸਤੋ ਅੱਜ ਗੋਬਿੰਦਵਾਲ ਵਿਖੇ ਕਬੱਡੀ ਟੂਰਨਾਮੈਂਟ ਹੋ ਰਿਹਾ, ਗੋਬਿੰਦਵਾਲ ਸਾਹਿਬ ਤਰਨ ਤਰਨ ਵਿੱਚ ਕਬੱਡੀ ਟੂਰਨਾਮੈਂਟ ਹੋਵੇਗਾ ਅੱਜ। ਇਸ ਤੋਂ ਅੱਗੇ ਦੋਸਤੋ ਅੱਜ
ਪਿੰਡ ਝਦਰੇ ਵੀ ਕਬੱਡੀ ਟੂਰਨਾਮੈਂਟ ਹੋ ਰਿਹਾ 48 ਕਿਲੋ ਅਤੇ 62 ਕਿਲੋ ਦਾ। ਇਸ ਤੋਂ ਅੱਗੇ ਦੋਸਤੋ ਅੱਜ ਕਬੱਡੀ ਦੇ ਬਹੁਤ ਵਧੀਆ ਮੈਚ ਹੋਣਗੇ ਪਿੰਡ ਜਲਾਲਪੁਰ ਤਹਿਸੀਲ ਬਲਾਚੌਰ ਵਿੱਚ, ਅਤੇ ਇੱਥੇ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਜਿਸ ਦਾ ਪਹਿਲਾ ਇਨਾਮ 61,000 ਰੁਪਏ ਅਤੇ ਦੂਸਰਾ ਇਨਾਮ 45,000 ਰੁਪਏ ਹੋਵੇਗਾ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ। ਇਸ ਤੋਂ ਅੱਗੇ ਦੋਸਤੋ ਅੱਜ ਪਿੰਡ ਮਾਨਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਵੀ ਕਬੱਡੀ ਦੇ ਮੈਚ ਹੋਣਗੇ। ਹਾਂਜੀ, ਮਾਨਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਅਤੇ ਇੱਥੇ ਅੱਜ ਕਬੱਡੀ ਓਪਨ ਦੇ ਮੈਚ ਹੋਣਗੇ ਜਿਸ ਦਾ ਪਹਿਲਾ ਇਨਾਮ 41,000 ਰੁਪਏ, ਦੂਸਰਾ ਇਨਾਮ 31,000 ਰੁਪਏ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ ਸੋਨੇ ਦੀਆਂ ਮੁੰਦਰੀਆਂ ਹੋਣਗੀਆਂ, ਅਤੇ ਇਸ ਦਾ ਲਾਈਵ 1-2-3 ਲਾਈਵ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ। ਇਸ ਤੋਂ ਅੱਗੇ ਦੋਸਤੋ ਅੱਜ ਪਿੰਡ ਲੰਘ ਵਿੱਚ ਵੀ ਕਬੱਡੀ ਦੇ ਮੈਚ ਹੋ ਰਹੇ ਆ। ਇਸ ਤੋਂ ਅੱਗੇ ਦੋਸਤੋ ਅੱਜ ਗਗੜਪਾਣਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਵੀ ਕਬੱਡੀ ਦੇ ਮੈਚ ਹੋ ਰਹੇ ਆ, ਅਤੇ ਇੱਥੇ 4 ਕਲੱਬਾਂ ਦੇ ਮੈਚ ਕਰਵਾਏ ਜਾਣਗੇ, ਅਤੇ ਇਸ ਦਾ ਪਹਿਲਾ ਇਨਾਮ 1,00,000 ਰੁਪਏ ਅਤੇ ਦੂਸਰਾ ਇਨਾਮ 75,000 ਰੁਪਏ ਹੋਵੇਗਾ ਅਤੇ ਬੈਸਟ ਰੇਡਰ ਜਾਫੀ ਨੂੰ 21,000 ਰੁਪਏ ਹੋਣਗੇ, ਅਤੇ ਨਾਲ ਹੀ ਐਕਸਨਾ ਵਾਲੇ ਛੋਟੇ ਸਟਾਰਾਂ ਦੇ ਮੈਚ ਵੀ ਕਰਵਾਏ ਜਾਣਗੇ, ਅਤੇ ਇੱਥੇ 4 ਟੀਮਾਂ ਹੋਣਗੀਆਂ। ਬਾਬਾ ਹੁੰਦਲ ਜੀ ਕਬੱਡੀ ਕਲੱਬ ਬੋਪਾ ਰਾਏ, ਮਹਾਂਵੀਰ ਕਬੱਡੀ ਕਲੱਬ ਭਗਵਾਨਪੁਰ, NRI ਨਕੋਦਰ ਅਤੇ ਕਬੱਡੀ ਕਲੱਬ ਕਪੂਰਥਲਾ। ਇਸ ਤੋਂ ਅੱਗੇ ਦੋਸਤੋ ਅੱਜ ਚਮਕੌਰ ਸਾਹਿਬ ਵੀ ਕਬੱਡੀ ਲੀਗ ਦੇ ਮੈਚ ਹੋਣਗੇ, ਅਤੇ ਇੱਥੇ 2 ਅੰਤਰਰਾਸ਼ਟਰੀ ਅਕੈਡਮੀਆਂ ਦੇ ਮੈਚ ਵੀ ਹੋਣਗੇ, ਅਤੇ ਇਸ ਦਾ ਪਹਿਲਾ ਇਨਾਮ 1,00,000 ਰੁਪਏ, ਦੂਜਾ ਇਨਾਮ 75,000 ਰੁਪਏ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ, ਅਤੇ ਇੱਥੇ ਅੰਡਰ 21 ਦੇ ਮੈਚ ਵੀ ਹੋਣਗੇ, ਅਤੇ ਇਸ ਦਾ ਲਾਈਵ ਤੁਸੀਂ ਕਬੱਡੀ ਜੰਕਸ਼ਨ ਦੇ ਜ਼ਰੀਏ ਦੇਖ ਸਕਦੇ ਹੋ। ਇਹ ਸੀ ਦੋਸਤੋ ਅੱਜ ਹੋਣ ਵਾਲੇ ਕਬੱਡੀ ਦੇ ਮੈਚ। ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ।